ਕਿਸਾਨਾਂ ਦੀ ਹੜਤਾਲ ਨੂੰ ਲੈ ਕੇ ਜਰਮਨੀ ਦੇ ਵਿੱਚ ਅਪਡੇਟ ਆ, ਮੈਂ ਖਬਰਾਂ ਸੁਣ ਰਿਹਾ ਸੀ ਹੁਣੇ ਥੋੜੇ ਦਿਨ ਪਹਿਲਾਂ। ਸੋ ਇੱਥੇ ਵੀ ਹੁਣ ਮਸਲਾ ਭਖਿਆ ਪਿਆ, ਜਿਵੇਂ ਇੰਡੀਆ ਦੇ ਵਿੱਚ ਪਿੱਛੇ ਜੇ ਮਸਲਾ ਭਖਿਆ ਸੀ, ਕਾਲੇ ਕਾਨੂੰਨ ਪਾਸ ਕੀਤੇ ਸੀ ਤੇ ਫਿਰ ਕਿਸਾਨਾਂ ਨੂੰ ਲੰਮੇ ਸਮੇਂ ਤੱਕ ਜਦੋਜਹਿਦ ਕਰਨੀ ਪਈ ਸੀ, ਧਰਨੇ ਕਰਨੇ ਪਏ ਸੀ, ਫਿਰ ਜਾ ਕੇ ਉਹ ਕਾਨੂੰਨ ਵਾਪਸ ਹੋਏ ਸੀ। ਸੋ ਇੱਥੇ ਵੀ ਹੁਣ ਸਰਕਾਰਾਂ ਜਿਹੜੀਆਂ ਨੇ ਆਪਣੇ ਦਾਅ ਪੇਚ ਖੇਡਦੀਆਂ ਨਜ਼ਰ ਆ ਰਹੀਆਂ ਨੇ, ਮੈਂ ਖਬਰਾਂ ਦੇ ਹਿਸਾਬ ਨਾਲ ਜੇ ਦੇਖੀਏ ਤਾਂ। ਸੋ ਹੁਣ ਕਹਿ ਰਹੇ ਨੇ ਕਿ ਜਿਹੜਾ ਕਿਸਾਨਾਂ ਨੂੰ ਆਪਣਾ ਕਾਫਸੈਟ ਸਟੋਇਆ ਆ, ਉਹ ਜਿਹੜਾ ਜਿਵੇਂ ਪਹਿਲਾਂ ਸੀ ਉਵੇਂ ਹੀ ਰਹੇਗਾ, ਉਹਦੇ 'ਚ ਚੇਂਜ ਨਹੀਂ ਕੀਤਾ ਜਾਏਗਾ, ਉਹ ਨਹੀਂ ਦੇਣਾ ਪਏਗਾ। ਯਾਨੀ ਕਿ ਜਿਵੇਂ ਕਿ ਟਰੈਕਟਰਾਂ ਅਤੇ ਕੰਬਾਈਨਾਂ ਅਤੇ ਜੋ ਵੀ ਮਸ਼ੀਨਰੀ ਹੁੰਦੀ ਆ ਕਿਸਾਨੀ ਦੀ, ਉਹਦੇ ਉੱਪਰ ਜਿਹੜਾ ਆਪਣੀਆਂ ਗਰੂਨੇ ਸ਼ੀਲਡਾਂ ਸੀ ਜਿਹੜੀਆਂ ਪਹਿਲਾਂ ਉੱਦਾਂ ਹੀ ਰਹਿਣਗੀਆਂ, ਅਤੇ ਜਿਹੜਾ ਆਗਾ ਡੀਜ਼ਲ ਹੁੰਦਾ ਆ, ਜਿੱਦਾਂ ਕਿ ਕਿਸਾਨ ਡੀਜ਼ਲ ਜਿੰਨਾ ਵੀ ਯੂਜ਼ ਕਰਦੇ ਆ, ਉਹਦੇ 'ਤੇ ਫਿਰ ਉਹਨਾਂ ਨੂੰ ਜਿਹੜੀ ਸਬਸਿਡੀ ਆਪਾਂ ਕਹਿ ਸਕਦੇ ਹਾਂ ਜਿਵੇਂ ਮਿਲ ਜਾਂਦੀ ਹੈ, ਕੁਛ ਪਰਸੈਂਟ ਪੈਸੇ ਇਹਨਾਂ ਨੂੰ ਵਾਪਸ ਹੋ ਜਾਂਦੇ ਨੇ, ਉਹ ਬੰਦ ਕਰਨ ਜਾ ਰਹੀ ਸੀ ਸਰਕਾਰ, ਅਤੇ ਇਸ ਚੀਜ਼ ਨੂੰ ਲੈ ਕੇ ਹਜੇ ਵੀ ਆਨਾਕਾਨੀ ਕਰ ਰਹੀ ਆ। ਜਿਹੜੇ ਕਿਸਾਨ ਨੇ ਉਹ ਆਪਣੀ ਜਿੱਤ 'ਤੇ ਅੜੇ ਹੋਏ ਨੇ ਕਿ ਜਦੋਂ ਤੱਕ ਇਹ ਕਾਨੂੰਨ ਪੂਰੀ ਤਰ੍ਹਾਂ ਵਾਪਸ ਨਹੀਂ ਲਈ ਜਾਂਦੇ, ਆਪਾਂ ਪਿੱਛੇ ਨਹੀਂ ਹਟਾਂਗੇ। ਸੋ ਬਾਕੀ ਜਿਵੇਂ ਜਿਵੇਂ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਦੇ ਰਵਾਂਗੇ। ਅਤੇ ਬਾਕੀ ਡੋਇਚਲੈਂਡ ਸੌਂਗ ਨੂੰ ਤੁਸੀਂ ਬਹੁਤ ਭਰਮਾ ਹੁੰਗਾਰ ਦਿੱਤਾ ਆ, ਉਹਦੇ ਲਈ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਬਾਕੀ ਇੱਕ ਵੀਰ ਨੇ ਲਿਖਿਆ ਸੀ, ਵੀਰ ਮੈਂ ਹੈਸਨ 'ਚ ਰਹਿੰਦਾ ਹਾਂ ਅਤੇ ਮੈਂ ਵੀਸਬਾਦਨ ਜਾਣਾ ਹੁੰਦਾ ਆ, ਸਾਡਾ ਆਟੋਬਾਨ ਤਾਂ ਨਹੀਂ ਬੰਦ ਹੋਏਗਾ? ਦੇਖੋ ਵੀਰ ਜੀ, ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਜਰਮਨੀ ਦੇ ਵਿੱਚ ਸਾਰੇ ਹੀ ਆਟੋਬਾਨ ਜਾਂ ਸਾਰੇ ਹੀ ਰੂਟ ਬੰਦ ਹੋ ਜਾਣਗੇ। ਜ਼ਿਆਦਾ ਕਰਕੇ ਜਿਹੜਾ ਇਹ ਧਰਨਾ ਪ੍ਰਦਰਸ਼ਨ ਆ ਬਰਲਿਨ ਵਾਲੇ ਪਾਸੇ ਹੁੰਦਾ ਆ ਜ਼ਿਆਦਾ ਕਰਕੇ, ਪਰ ਫਿਰ ਵੀ ਜੇ ਤੁਸੀਂ ਇਹਨਾਂ ਦਿਨਾਂ ਵਿੱਚ ਕਿਤੇ ਜਾ ਰਹੇ ਹੋ, ਸਫ਼ਰ ਕਰ ਰਹੇ ਹੋ, ਸੋਚ ਸਮਝ ਕੇ ਧਿਆਨ ਨਾਲ ਜਾਇਓ, ਹੈ ਨਾ, ਰਸਤੇ ਵਿੱਚ ਖੱਜਲ ਖਰਾਬੀ ਨਾ ਹੋਵੇ, ਪਹਿਲਾਂ ਪਤਾ ਕਰ ਲਿਓ, ਠੀਕ ਹੈ ਜੀ? ਅਤੇ ਬਾਕੀ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ, ਸਤਿ ਸ਼੍ਰੀ ਅਕਾਲ ਜੀ, ਸਾਡੇ 'ਤੇ ਜਾਂਦੇ ਵਸਤੇ ਰਹੋ।